ਹਾਂਜੀ ਜੋਤੀ ਧਾਮੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੱਲ੍ਹ ਜਿਵੇਂ ਸਾਰਿਆਂ ਨੂੰ ਪਤਾ ਕਿ ਇੱਕ ਬਹੁਤ ਹੀ ਜ਼ਿਆਦਾ ਮਨਹੂਸ, ਇੱਕ ਬਹੁਤ ਹੀ ਜ਼ਿਆਦਾ ਜਿਹੜਾ ਕਾਲਾ ਦਿਨ ਪੰਜਾਬ ਦੇ ਲਈ ਚੜਿਆ, ਮਾਨਸਾ ਜ਼ਿਲ੍ਹੇ ਦੇ ਮੂਸੇ ਪਿੰਡ ਦਾ ਮਸ਼ਹੂਰ ਗਾਇਕ ਜਿਹਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਿ ਪੰਜਾਬ ਦੇ ਨਾਲ ਨਾਲ ਆਪਣੇ ਮਾਨਸੇ ਜ਼ਿਲ੍ਹੇ ਦਾ ਵੀ ਨਾਮ ਰੌਸ਼ਨ ਕੀਤਾ, ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਕਰੀਬ 40 ਤੋਂ 50 ਰਾਊਂਡ ਜਿਹੜੀ ਫਾਇਰਿੰਗ ਹੋਈ ਆ 3 ਵੱਖ ਵੱਖ ਵੈਪਨਸ ਦੇ ਨਾਲ, ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਕੀ ਆ AK-47 ਵੀ ਜਿਹੜਾ ਦੱਸਿਆ ਜਾ ਰਿਹਾ, ਜਿਸ ਤੋਂ ਬਾਅਦ ਕਿ 10 ਗੋਲੀਆਂ ਜਿਹੜੀਆਂ ਸਿੱਧੂ ਮੂਸੇਵਾਲੇ ਦੇ ਲੱਗਦੀਆਂ ਅਤੇ ਹਸਪਤਾਲ ਜਦੋਂ ਉਹਨਾਂ ਨੂੰ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਜਿਹੜਾ ਸਿੱਧੂ ਮੂਸੇਵਾਲੇ ਨੂੰ ਬਰੋਡ ਡੈਡ ਡਿਕਲੇਅਰ ਜਿਹੜਾ ਕੀਤਾ। ਇਸ ਤੋਂ ਬਾਅਦ ਜਿਹੜਾ ਕੀ ਹੈ ਵੱਖ ਵੱਖ ਜਿਹੜੀਆਂ ਪੋਸਟਾਂ ਸੋਸ਼ਲ ਮੀਡੀਆ 'ਤੇ ਪੈ ਰਹੀਆਂ, ਹੁਣ ਉਹਨਾਂ ਦੇ ਵਿੱਚ ਇੱਕ ਸਭ ਤੋਂ ਵੱਡੀ ਨਿਊਜ਼ ਜਿਹੜੀ ਇਹ ਆ ਰਹੀ ਆ ਗੌਂਡਰੈਨ ਬ੍ਰਦਰ ਗਰੁੱਪ ਵੱਲੋਂ ਜਿਹੜੀ ਕਿ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਵੀ ਇਸ ਕਤਲ ਦੇ ਪਿੱਛੇ ਜਿਹੜਾ ਕੀ ਹੈ ਮਨਕੀਰਤ ਔਲਖ, ਹਾਂਜੀ ਪੰਜਾਬ ਦੇ ਪ੍ਰਸਿੱਧ ਸਿੰਗਰ ਮਨਕੀਰਤ ਔਲਖ ਦਾ ਵੀ ਹੱਥ ਹੈ। ਉਹਨਾਂ ਨੇ ਇੱਕ ਜਿਹੜੀ ਪੋਸਟ ਜਿਹੜੀ ਸ਼ੇਅਰ ਕੀਤੀ ਹੈ ਉਹਨਾਂ ਨੇ, ਜਿਹਦੇ ਵਿੱਚ ਲਿਖਿਆ ਕਿ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਅਤੇ ਭੈਣਾਂ ਨੂੰ, ਆਈ ਹੋਪ ਸਾਰੇ ਠੀਕ ਹੋਣਗੇ। ਅਤੇ ਉਹਨਾਂ ਨੇ ਦੱਸਿਆ ਜਿਹੜੀ ਕੱਲ੍ਹ ਸਿੱਧੂ ਮੂਸੇਵਾਲੇ ਦੀ ਡੈਥ ਹੋਈ ਆ ਬਹੁਤ ਹੀ ਸ਼ਰਮਨਾਕ ਜਿਹੜੀ ਇਹ ਘਟਨਾ ਸੀਗੀ ਅਤੇ ਬਹੁਤ ਹੀ ਨਿੰਦਣਯੋਗ ਜਿਹੜੀ ਇਹ ਘਟਨਾ ਸੀਗੀ, ਜਿਸਦੇ ਵਿੱਚ ਉਹਨੇ ਦੱਸਿਆ ਵੀ ਲਾਰੈਂਸ ਅਤੇ ਗੋਲਡੀ ਬਰਾੜ ਜਿਹੜਾ ਕਿ ਇਸ ਘਟਨਾ ਦੀ ਜ਼ਿੰਮੇਵਾਰੀ ਲੈ ਰਹੇ ਨੇ। ਅਤੇ ਇਸ ਤੋਂ ਇਲਾਵਾ ਉਹਨੇ ਦੱਸਿਆ ਵੀ ਇਹ ਕਤਲ ਜਿਹੜਾ ਕੀ ਹੈ ਸਿਰਫ ਪੈਸਿਆਂ ਦੇ ਕਰਕੇ ਹੋਇਆ ਅਤੇ ਇਸ ਦੇ ਵਿੱਚ ਜਿਹੜਾ ਮਨਕੀਰਤ ਔਲਖ ਦਾ ਵੀ ਪੂਰਾ ਹੱਥ ਹੈ ਇਸ ਕਤਲ ਦੇ ਪਿੱਛੇ। ਉਹਨੇ ਦੱਸਿਆ ਵੀ ਕਿ ਸਾਰੇ ਸਿੰਗਰਸ ਦੀਆਂ ਜਿਹੜੀਆਂ ਕੀ ਆ ਪਰਸਨਲ ਡਿਟੇਲਸ ਜਿਹੜਾ ਕੀ ਆ ਉਹ ਲਾਰੈਂਸ ਬਿਸ਼ਨੋਈ ਗਰੁੱਪ ਦੇ ਕੋਲ ਜਿਹੜਾ ਮਨਕੀਰਤ ਔਲਖ ਜਿਹੜਾ ਉਹ ਸ਼ੇਅਰ ਕਰਦਾ ਸੀ, ਸਾਂਝੀਆਂ ਕਰਦਾ ਸੀਗਾ। ਅਤੇ ਉਹਨੇ ਦੱਸਿਆ ਵੀ ਸਿੱਧੂ ਮੂਸੇਵਾਲੇ ਕੋਲੋਂ ਸਿਕਿਉਰਿਟੀ ਵਾਪਸ ਲੈ ਲਈ ਗਈ ਸੀ, ਪਰ ਜਿਹੜਾ ਕੀ ਹੈ ਮਨਕੀਰਤ ਔਲਖ ਤੋਂ ਸਿਕਿਉਰਿਟੀ ਵਾਪਸ ਨਹੀਂ ਲਈ ਗਈ ਸੀਗੀ। ਅਤੇ ਭਾਵੇਂ ਕਿ ਜਿਹੜਾ ਕੀ ਹੈ ਸਿੱਧੂ ਮੂਸੇਵਾਲੇ 'ਤੇ ਉਸ ਤੋਂ ਕਿਤੇ ਜ਼ਿਆਦਾ ਵੱਡਾ ਥਰੈਟ ਸੀਗਾ, ਅਤੇ ਇਸ ਦੇ ਪਿੱਛੇ ਕੀ ਰੀਜ਼ਨ ਹੈ ਜਿਹੜਾ ਉਹਨਾਂ ਨੇ ਕਿਹਾ ਵੀ ਮਨਕੀਰਤ ਔਲਖ ਤੋਂ ਜਿਹੜਾ ਸਿਕਿਉਰਿਟੀ ਵਾਪਸ ਨਹੀਂ ਲਈ ਗਈ। ਇਸ ਤੋਂ ਬਾਅਦ ਜਿਹੜਾ ਕੀ ਹੈ ਉਹਨੇ ਕਿਹਾ ਵੀ ਜਿਹੜਾ ਕਿ ਉਹ ਬੇਬੁਨਿਆਦ ਜਿਹੜਾ ਸਿੱਧੂ ਮੂਸੇਵਾਲੇ 'ਤੇ ਆਰੋਪ ਲਗਾ ਰਹੇ ਨੇ ਵੀ ਇਹਨਾਂ ਦਾ ਜਿਹੜਾ ਕੀ ਹੈ ਸਿੱਧੂ ਮੂਸੇਵਾਲੇ ਦਾ ਜਿਹੜਾ ਸੰਬੰਧ ਹੈ ਉਹ ਜਿਹੜਾ ਬੰਬੀਹਾ ਜਿਹੜੀ ਗੈਂਗ ਦੇ ਨਾਲ, ਜਿਹੜਾ ਬੰਬੀਹਾ ਗਰੁੱਪ ਦੇ ਨਾਲ ਸੰਬੰਧ ਆ। ਅਤੇ ਪਰ ਉਹਨੇ ਜਿਹੜਾ ਸਾਫ ਜਿਹੜਾ ਇਸ ਪੋਸਟ ਦੇ ਵਿੱਚ ਲਿਖਿਆ ਵੀ ਉਸ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਸੀ, ਸਾਡੀ ਪੂਰੀ ਗੈਂਗ ਦੇ ਨਾਲ ਜਿਹੜਾ ਸਾਡੇ ਪੂਰੇ ਗਰੁੱਪ ਦੇ ਨਾਲ ਸਿੱਧੂ ਮੂਸੇਵਾਲੇ ਦਾ ਕੋਈ ਹੱਥ ਨਹੀਂ ਸੀਗਾ, ਉਹਦਾ ਕਤਲ ਜਿਹੜਾ ਸਿਰਫ ਪੈਸਿਆਂ ਦੇ ਲਈ ਕੀਤਾ ਗਿਆ। ਇਹ ਜਿਹੜੀ ਸਾਰੀ ਪੋਸਟ ਆ ਜਿਹੜਾ ਉਹ ਗੌਂਡਰ ਐਂਡ ਬ੍ਰਦਰਸ ਜਿਹੜੀ ਪੇਜ ਵੱਲੋਂ ਜਿਹੜੀ ਸ਼ੇਅਰ ਕੀਤੀ ਗਈ ਹੈ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਇਸ ਤੋਂ ਬਾਅਦ ਜਿਹੜਾ ਕੀ ਆ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਵੀ ਜਿਹੜਾ ਉਹਨਾਂ ਨੇ ਧਮਕੀਆਂ ਦਿੱਤੀਆਂ ਨੇ, ਅਤੇ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਗਲਤ ਕੀਤਾ, ਇਹ ਜਿਹੜਾ ਸਿਰਫ ਪੈਸਿਆਂ ਦੇ ਲਈ ਕਤਲ ਕਰ ਰਹੇ ਨੇ। ਅਤੇ ਇਹਨਾਂ ਸਾਰਿਆਂ ਨੂੰ ਜਿਹੜਾ ਕੀ ਆ ਡਿਟੇਲ ਜਿਹੜੀ ਸਿੰਗਰਾਂ ਦੀ ਆ ਉਹ ਮਨਕੀਰਤ ਔਲਖ ਜਿਹੜਾ ਉਹ ਸਾਂਝੀਆਂ ਕਰਦਾ ਇਸ ਖਬਰ ਦੇ ਵਿੱਚ। ਕਿੰਨੀ ਕੁ ਜ਼ਿਆਦਾ ਸੱਚਾਈ ਹੈ, ਕਿੰਨੀ ਕੁ ਜ਼ਿਆਦਾ ਮਤਲਬ ਕਿ ਇਹ ਸਹੀ ਚੀਜ਼ ਹੈ ਜਾਂ ਇਹ ਫੇਕ ਜਿਹੜੇ ਇਲਜ਼ਾਮ ਉਹਦੇ 'ਤੇ ਲੱਗ ਰਹੇ ਨੇ ਮਨਕੀਰਤ ਔਲਖ ਦੇ ਉੱਪਰ, ਇਹ ਜਦੋਂ ਪੁਲਿਸ ਵਾਲੇ ਜਿਹੜੇ ਕਲੀਅਰ ਕਰਨਗੇ ਉਸ ਤੋਂ ਬਾਅਦ ਜੇਕਰ ਪੂਰੀ ਜਾਂਚ ਪੜਤਾਲ ਤੋਂ ਬਾਅਦ ਕੋਈ ਵੀ ਚੀਜ਼ ਜਿਹੜੀ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਹੀ ਪੱਕਾ ਜਿਹੜਾ ਕਲੀਅਰ ਕਹਿਣਾ ਜਿਹੜਾ ਸਹੀ ਹੋਵੇਗਾ। ਫਿਲਹਾਲ ਦੇ ਲਈ ਜਿਹੜਾ ਕੀ ਆ ਇਹ ਖਬਰ ਜਿਹੜੀ ਆ ਰਹੀ ਹੈ ਵੀ ਗੌਂਡਰ ਐਂਡ ਬ੍ਰਦਰ ਗਰੁੱਪ ਵੱਲੋਂ ਜਿਹੜਾ ਕੀ ਆ ਮਨਕੀਰਤ ਔਲਖ 'ਤੇ ਇਲਜ਼ਾਮ ਲਗਾਇਆ ਗਿਆ ਵੀ ਜਿਹੜਾ ਕੀ ਆ ਸਿੱਧੂ ਮੂਸੇਵਾਲੇ ਨੂੰ ਮਰਾਉਣ ਦੇ ਪਿੱਛੇ ਜਿਹੜਾ ਮਨਕੀਰਤ ਔਲਖ ਦਾ ਵੀ ਪੂਰਾ ਹੱਥ ਸੀਗਾ। ਧੰਨਵਾਦ।